ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਰਲ ਟੀਵੀ, ਮੈਂ ਹਾਂ ਜਸੀ ਕੌਰ। ਇਸ ਹਫ਼ਤੇ ਇੱਕ ਵਾਰੀ ਫਿਰ ਇਸ ਮਹੀਨੇ ਦੇ ਵਿੱਚ ਤੀਜੀ ਵਾਰ ਜੂਨੀਅਰ ਡਾਕਟਰਾਂ ਦੇ ਵੱਲੋਂ ਹੜਤਾਲ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ 290 ਦੇ ਕਰੀਬ ਬਲੱਡ ਲੈਬੋਰਟਰੀ ਕਰਮਚਾਰੀਆਂ ਦੇ ਵੱਲੋਂ ਵੀ ਇਸ ਹੜਤਾਲ ਦਾ ਹੁਣ ਹਿੱਸਾ ਬਣਿਆ ਜਾਏਗਾ। ਅਤੇ ਵਾਧੂ ਹੋਰਾਂ ਦੇ ਵੱਲੋਂ ਯੂਨੀਅਨਸ ਨੂੰ ਨਿਸ਼ਾਨਾ ਬਣਾਇਆ ਗਿਆ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇੱਕੋ ਸਮੇਂ ਦੇ ਉੱਤੇ ਹੜਤਾਲ ਰੱਖਣ ਦੇ ਨਾਲ ਬਹੁਤ ਸਾਰੇ ਮਰੀਜ਼ਾਂ ਦੇ ਉੱਤੇ ਇਹਨਾਂ ਦਾ ਇਸਦਾ ਗਲਤ ਇਫੈਕਟ ਹੋਵੇਗਾ ਅਤੇ ਬਹੁਤ ਸਾਰੇ ਲੋਕਾਂ ਨੂੰ ਇਸਦਾ ਖਾਮਿਆਜ਼ਾ ਭੁਗਤਣਾ ਪਏਗਾ। ਇੱਥੇ ਵੀ ਦੱਸ ਜਾਂਦੇ ਹਾਂ ਕਿ ਬਲੱਡ ਲੈਬ ਵਰਕਰਾਂ ਦੇ ਵੱਲੋਂ ਬੀਤੇ ਦਿਨ ਹੀ ਇਸਦੀ ਸ਼ੁਰੂਆਤ ਕੀਤੀ ਗਈ, ਜਦੋਂ ਕੋਈ ਵੀ ਐਕਸਟਰਾ ਆਵਰ ਦੀ ਸ਼ਿਫਟ ਨਹੀਂ ਲਗਾਈ ਗਈ ਅਤੇ ਬਲੱਡ ਲੈਬੋਰਟਰੀ ਵਰਕਰਾਂ ਦੇ ਵੱਲੋਂ ਸ਼ੁੱਕਰਵਾਰ ਯਾਨੀ ਕਿ ਕੱਲ੍ਹ ਨੂੰ 4 ਘੰਟੇ ਦੀ ਹੜਤਾਲ ਕੀਤੀ ਜਾਵੇਗੀ। ਉੱਧਰ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਦੇ ਮੁਤਾਬਿਕ 2500 ਤੋਂ ਵੱਧ ਜੂਨੀਅਰ ਡਾਕਟਰ ਅਗਲੇ ਹਫ਼ਤੇ 24 ਘੰਟਿਆਂ ਦੀ ਹੜਤਾਲ ਦਾ ਹਿੱਸਾ ਬਣਨਗੇ ਅਤੇ ਇਸ ਹੜਤਾਲ ਦੇ ਵਿੱਚ ਮੁੱਦੇ ਇਹੀ ਹੋਣਗੇ, ਪੇ ਰੇਟ ਚੰਗੀ ਨਾ ਹੋਣਾ, ਕੰਮ ਕਰਨ ਦੇ ਹਾਲਾਤ ਸਹੀ ਨਾ ਹੋਣੇ ਅਤੇ ਸਰਕਾਰ ਤੋਂ ਕੁਝ ਹੋਰ ਮੰਗਾਂ।